ਭਾਈ ਜੀ ਮੈਂ ਨਾ ਪਿਛਲੇ ਕੁਝ ਕੇ ਸਮੇਂ ਦੇ ਵਿੱਚ ਟ੍ਰਾਂਟੋ ਗਿਆ ਹਾਂ ਜੀ ਉੱਥੇ ਮੇਰੇ ਦੋਸਤ ਨੇ ਅਵਤਾਰ ਸਿੰਘ ਗਖਲ ਹੋਰੀ ਜੀ ਉਹਨਾਂ ਦਾ ਫਰਨਿਚਰ ਮਾਲ ਆ ਹੂੰ ਯਕੀਨ ਮੰਨਿਓ ਜਿੰਨੇ ਵੀ ਵਾਰ ਉੱਥੇ ਜਾਵਾਂ ਮੈਂ ਗੁਰਮੁਖੀ ਦਾ ਬੇਟਾ ਹੂੰ 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 ਇਹੀ ਗਾਣਾ ਚੱਲੇ ਅੱਛਾ ਜਦੋਂ ਵੀ ਮਿਲਦੇ ਜਦੋਂ ਵੀ ਗੱਲ ਕਰਦੇ ਹੋ ਕਹਿੰਦੇ ਨਹੀਂ ਭਾਈ ਜੀ ਇਹ ਗੱਲ ਜ਼ਰੂਰ ਕਰਿਓ ਅੱਛਾ ਕਹਿੰਦੇ ਮੇਰਾ ਚੇਤ ਕਰਨਾ ਵੀ ਮੇਰੇ ਗਾਣੇ ਇਹੀ ਵੱਜੀ ਜਾਵੇ ਮੇਰੇ ਮੋਬਾਈਲ ਦੇ ਵਿੱਚ ਅੱਛਾ ਇਹੀ ਮੇਰੇ ਮਾਲ ਦੇ ਵਿੱਚ ਇਹੀ ਹਰ ਥਾਂ ਤੇ ਇਹੀ ਰੇਡੀਓ ਦੇ ਉੱਤੇ ਹੋ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅਖਰ ਆ ਜਿਹੜੀ ਟਿਬਿਆਂ ਚ ਟੈਕੇ ਆ ਜਿਹੜੀ ਰਾਬੀ ਆ ਜੀ ਬਣ ਕੇ ਇਸ ਲੋਰ ਦੇ ਨੇ ਅਖਰ ਵਾਹ ਉਤਰੇ ਨਾ ਜੋ ਖੁਮਾਰੀ ਉਸਲੋਰ ਦੇ ਵਾਹ ਬਹੁਤ ਵਧੀਆ ਭਾਈ ਜੀ ਮੈਂ ਨਾ ਪਿਛਲੇ ਕੁਝ ਕੇ ਸਮੇਂ ਦੇ ਵਿੱਚ ਟ੍ਰਾਂਟੋ ਗਿਆ ਹਾਂ ਜੀ ਉੱਥੇ ਮੇਰੇ ਦੋਸਤ ਨੇ ਅਵਤਾਰ ਸਿੰਘ ਗਖਲ ਹੋਰੀ ਜੀ ਉਹਨਾਂ ਦਾ ਫਰੈਂਡਸ ਫਰਨੀਚਰ ਮਾਲ ਆ ਯਕੀਨ ਮੰਨਿਓ ਜਿੰਨੇ ਵੀ ਵਾਰ ਉੱਥੇ ਜਾਵਾਂ ਮੈਂ ਗੁਰਮੁਖੀ ਦਾ ਬੇਟਾ ਹਮ ਹਮ ਇਹਹੀ ਗਾਣਾ ਚੱਲੇ अच्छा ਜਦੋਂ ਵੀ ਮਿਲਦੇ ਜਦੋਂ ਵੀ ਗੱਲ ਕਰਦੇ ਹੋ ਕਹਿੰਦੇ ਨਹੀਂ ਬਾਈ ਜੀ ਇਹ ਗੱਲ ਜ਼ਰੂਰ ਕਰਿਓ ਕਹਿੰਦੇ ਮੇਰਾ ਚਿਤ ਕਰਦਾ ਵੀ ਮੇਰੇ ਗਾਣੇ ਇਹੀ ਵੱਜੀ ਜਾਵੇ ਮੇਰੇ ਮੋਬਾਈਲ ਦੇ ਵਿੱਚ ਅੱਛਾ ਇਹੀ ਮੇਰੇ ਮਾਊਲ ਦੇ ਵਿੱਚ ਇਹੀ ਹਰ ਥਾਂ ਤੇ ਇਹੀ ਰੇਡੀਓ ਦੇ ਉੱਤੇ ਇਹਦੇ ਦੋ ਬੋਲ ਹੋ ਜਾਣੀ ਗੁਰੂ ਕੀ ਦੇ ਹਾਂ ਓਹੋ ਮੈਡਮ ਵੀ ਨਾਲ ਕਹਣਗੇ ਚਾਹ ਬਸ ਫਿਨਿਸ਼ ਹੋ ਰਹੀ ਹੈ ਜੀ ਬਾਈ ਗੁਰੂ ਬੋਲਦੇ ਓ ਜੀ ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰ ਦੇ ਨੇ ਅਖਰ ਮਾਂ ਖੇਲਣੇ ਨੂੰ ਦਿੱਤੇ ਬੜੀ ਲੋਰ ਦੇ ਨੇ ਅਖਰ ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰਟਣਾ ਚੋਂ ਜਿੱਥੇ ਮਹਿਕਦੀ ਕਿਸਾਨੀ ਹੱਥਾਂ ਦੇ ਰੱਟਣਾ ਚੋਂ ਜਿਸ ਨਾਲ ਆਉਂਦਾ ਮੁੜਕਾ ਉਸ ਜ਼ੋਰ ਦੇ ਨੇ ਅਖਰ ਸਾਨੂੰ ਖੇਲਣੇ ਨੂੰ ਮਿਲ ਗਏ ਕਿਸੇ ਹੋਰ ਦੇ ਨੇ ਅਖਰ ਅਫਲਾ ਨੂੰ ਕੌਣ ਦੱਸੇ ਕਿ ਤੁਹਾਨੂੰ ਧਾਨ ਚ ਮਿਲੇ ਨੇ ਫੁੱਲਾਂ ਨੂੰ ਕੌਣ ਦੱਸੇ ਕਿ ਤੁਹਾਨੂੰ ਧਾਨ ਚ ਮਿਲੇ ਨੇ ਆ ਜਿਹੜੀ ਟਿੱਬਿਆਂ 'ਚ ਟੈਕੇ ਆ ਜਿਹੜੀ ਰਾਬੀਆ ਜੀ ਬਣ ਕੇ ਇਸ ਲੋਰ ਦੇ